ਆਹੋ ਭਾਅ, ਹਾਲੇ ਹੁਣ ਤਾਂ ਮੈਂ ਤੈਨੂੰ ਸ਼ਾਮਾ ਦੇ ਗਿਆ, ਹੁਣ ਤੁਹਾਨੂੰ ਸਬਜ਼ੀ ਦੀ ਲੋੜ ਪੈ ਗਈ, ਸਬਜ਼ੀ ਪਹੁੰਚਾ ਦਿਓ ਕਿ ਭੁੱਖ ਹੀ ਲੱਗੀ ਰਹਿੰਦੀ 24 ਘੰਟੇ ਤੁਹਾਨੂੰ। ਇੱਥੇ ਇੱਕ ਗਾਹਕ ਨਹੀਂ ਆਉਣ ਡਿਆ, ਮਹਿੰਗਾਈ ਦੀ ਵਜ੍ਹਾ ਤੋਂ ਅਗਲੇ ਸ਼ੇਪਾਂ ਘਰਾਂ 'ਚ ਹੀ ਕਰੀ ਜਾਣ ਡਿਆ। ਆ ਬੜੀ ਮੁਸ਼ਕਲ ਸਵੇਰ ਦੀ ਇੱਕ ਕਟਰਿੰਗ ਆਈ ਆ, ਉਹ ਵੀ ਧਾਰ ਕਰ ਗਿਆ। ਤਾਂ ਮੈਂ ਫਾਰਸੀ 'ਚ ਦੱਸਣ ਡਿਆ, ਕਿੱਥੋਂ ਭੇਜਦਾ ਮੈਂ 500? ਆਰਾਮ ਕਰੋ ਹਾਲੇ। ਚੱਲ ਠੀਕ ਆ, ਸਬਜ਼ੀ ਮੈਂ ਭੇਜਦਾ, ਉਹ ਮੁਅੱਜਮ ਕੋ ਭੇਜਦਾ, ਮੈਂ ਮੁਅੱਜਮ ਕੋ ਭੇਜਦਾ, ਉਹ ਭੇਜ ਦਿੰਦਾ 5 ਮਿੰਟਾਂ 'ਚ ਭੇਜ ਦਿੰਦਾ, ਕਾਹਦਾ ਰੌਲਾ ਪਾ ਲੈਂਦੇ ਇਹਦੇ 'ਚ। ਇਹਨੂੰ ਕਹਿ ਹੈ ਨਹੀਂ, ਮੇਰੇ ਕੋਲ 1 ਰੁਪਈਆ ਵੀ ਹੈ ਨਹੀਂ। ਆਹ ਸਵਾ ਦੇ ਇਹਨੂੰ ਇੱਥੇ, ਬਾਹਰ ਗਰਮੀ ਬਹੁਤ ਆ, ਬਾਹਰ ਨਾ ਨਿਕਲੇ ਇਹ। ਕੁਲਫੀ ਲੈ ਦੇ ਇਹਨੂੰ, ਸਾਡੀ ਆਪਣੀ ਕੁਲਫੀ ਹੋਈ ਪਈ ਹੈ ਇੱਥੇ। ਚੱਲ ਠੀਕ ਆ, ਆਉਂਦਾ ਮੁਅੱਜਮ ਸਬਜ਼ੀ ਲੈ ਕੇ। ਆਹੋ ਕੋਈ ਗਾਹਕ ਵੀ ਆ ਲੈਂਦੇ ਹੋ? ਠੀਕ ਆ, ਸਲਾਮ ਅਲੈਕਮ। ਇਹਦੇ ਕੰਮ ਹੋ ਗਏ, ਘਰੋਂ ਕੰਮ 'ਤੇ ਆਇਆ ਅਤੇ ਇੱਥੇ ਆ ਕੇ ਸੋਤਾ ਪਿਆ। ਪਤਾ ਨਹੀਂ ਇੱਥੇ ਕੋਈ ਦਵਾਈ ਪੀ ਲੈਂਦੇ ਆ ਕੇ, ਘਰ ਖੇਡੀ ਜਾਂਦੇ ਦਿਨ ਰਾਤ, ਉੱਥੇ ਹਾਸੇ ਖੇਡੇ ਪਾਉਂਦੇ ਆ, ਦੁਕਾਨ 'ਤੇ ਆਉਂਦਾ ਹੀ ਨਸ਼ੇ ਹੋ ਜਾਂਦੇ ਇਹਨੂੰ। ਉਹ ਮੁਅੱਜਮ, ਹਾਂਜੀ ਸਰ ਜੀ, ਉਹ ਪੁੱਤ ਕਿਹੜੇ ਖਾਬ ਦੇਖੀ ਜਾਣ ਡਿਆ? ਕਟਿੰਗ ਕਰਨ ਡਿਆ ਸੀ ਸਰ ਜੀ। ਪੁੱਤ ਖਾਬ 'ਚ ਕਟਿੰਗ ਕਰਨ ਡਿਆ ਸੀ? ਹਾਂਜੀ, ਇੱਥੇ ਤਾਂ ਵਿਹਲੇ ਬੈਠੇ ਹਾਂ, ਖਾਬ 'ਚ ਕਰਨੀ ਸਰ ਜੀ। ਹਾਂ ਪੁੱਤ, ਗੱਲ ਤੇਰੀ ਠੀਕ ਆ, ਅਤੇ ਖਾਬ 'ਚ ਕੋਈ 100 ਰੁਪਈਆ ਵੀ ਫੜਿਆ ਕਟਿੰਗ ਵਾਲੇ ਕੋਲ? ਜੀ ਉਹ ਵੀ ਉਧਾਰ ਕਰ ਗਿਆ, 1,00,000 ਖਾਬ 'ਚ ਵੀ ਉਧਾਰ ਕਰੀ ਜਾਂਦਾ। ਹਾਲਾਤ ਹੀ ਆਈਂਦੇ ਸਰ ਜੀ, ਯਾਨੀ ਕਿ ਖਾਬ 'ਚ ਵੀ ਬੇਰੁਜ਼ਗਾਰੀ ਛਾਈ। ਹਾਂਜੀ, ਖਾਬ ਦੇ ਵਿੱਚ ਵੀ ਲੋਕ ਉਧਾਰ ਕਰੀ ਜਾਂਦੇ। ਹੈ ਕੋਈ ਗੱਲ ਕਰਨ ਵਾਲੀ? ਉਹ ਤਾਂ ਮੇਰੀ ਸੁਣ ਲਾ ਗੱਲ ਜੀ ਸਰ, ਗਾਂ ਤੋਂ ਤੈਨੂੰ ਉਧਾਰ ਵਾਲਾ ਖਾਬ ਆਵੇ ਤੂੰ ਅੱਖ ਖੋਲ ਲੈਣੀ। ਠੀਕ ਹੋ ਗਿਆ ਸਰ, ਖਾਬ 'ਚ ਵੀ ਕਿਸੇ ਦੀ ਉਧਾਰ ਕਟਕ ਨਹੀਂ ਕਰਨੀ ਨਾ ਸ਼ੇਪ ਕਰਨੀ। ਠੀਕ ਹੋ ਗਿਆ, ਤੈਨੂੰ ਪਤਾ ਬਲੇਡ ਕਿੰਨੇ ਦਾ ਪੈਂਦਾ? ਹਾਂਜੀ, ਬਸ ਠੀਕ ਆ। ਕਿਉਂਕਿ ਖਾਬ 'ਚ ਤੇ ਕੋਈ ਬੰਦੇ 4-5 ਉਧਾਰ ਕਰਕੇ, ਤੇਰੇ ਤਾਂ 5 ਬਲੇਡ ਲੰਘ ਹੈ ਲੰਘ ਹੈ, ਤੇ ਮੁੜ ਕੇ ਕਿਹਨੇ ਪੈਸੇ ਦੇਣੇ ਆ? ਆਈ ਸਮਝ, ਕਿਸੇ ਨੇ ਉਧਾਰ ਨਹੀਂ ਕਰਨਾ ਖਾਬ 'ਚ। ਠੀਕ ਹੈ ਸਰ, ਬਸ ਤੇ ਮੇਰਾ ਪੁੱਤ ਕੋਈ ਦੁਆ ਵੀ ਕਰਿਆ ਕਰ, ਹੈ ਗਾਹ ਗੂਹ ਆਵੇ ਮੇਰੇ ਲਈ, ਘੂਰੀ ਪਾਈ ਜਾਂਦਾ। ਅੱਛਾ, ਸਬਜ਼ੀ ਪਹੁੰਚਾਉਣੀ ਆ ਘਰ ਤੋਂ ਪੁੱਤ? ਪਹੁੰਚਾ ਦਿੰਦੇ। ਕੋਈ ਪੈਸਾ ਵੱਟਿਆ ਸਵੇਰ ਦਾ? ਨਹੀਂ ਉਸਤਾਦ ਜੀ, ਉਧਾਰ ਹੀ ਹੋਇਆ ਜੀ। ਉਧਾਰ ਹੀ ਕਰੀ ਜਾਂਦਾ? ਉਧਾਰ ਹੀ। ਤੇਰੇ ਕਿਤੇ ਮੱਥੇ ਤਾਂ ਨਹੀਂ ਲਿਖਿਆ ਵੀ ਉਧਾਰ ਵਾਲੀ ਕਾਪੀ ਫੜੀ ਬੈਠਾ ਹੈ? ਉਸਤਾਦ ਜੀ ਲਿਖਿਆ ਤਾਂ ਕੋਈ। ਅੱਛਾ ਸੁਣ ਮੇਰੀ ਗੱਲ ਜੀ, ਕੋਈ ਗਾਹ ਕਮਦਾ, ਕੋਈ ਰੁਪਈਆ 200-400 ਇਕੱਠਾ ਹੁੰਦਾ ਤਾਂ ਘਰ ਆਪਣੀ ਉਸਤਾਦ ਨੂੰ ਸਬਜ਼ੀ ਪਹੁੰਚਾ ਮੇਰਾ ਪੁੱਤ। ਪਹੁੰਚਾ ਦਿੰਦੇ ਹਾਂ ਸਰ ਜੀ, ਇੱਥੋਂ ਬੰਦ ਗੋਭੀ ਲੈ ਜਾਈ ਖੋਲ੍ਹ ਕੇ ਮੇਰਾ ਪੁੱਤ, ਠੀਕ ਆ? ਅਤੇ 1/2 ਕਿਲੋ ਲੈਣੇ ਆਲੂ, 2 ਕਿਲੋ ਲੈਣੀ ਗੋਭੀ, ਧਨੀਆ ਪਿਆਜ ਸਾਰੀਆਂ ਆਈਟਮਾਂ ਲੈ ਕੇ ਜਾਣੀ। ਲੈ ਜਾਵਾਂਗੇ ਸਰ। ਆਹੋ, ਅਤੇ ਸਿੱਧਾ ਘਰ ਜਾਈ, ਰਸਤੇ 'ਚ ਘੁੰਮਾਉਂਦਾ ਨਾ ਜਾਣੀ? ਨਹੀਂ ਨਹੀਂ ਘਰ ਨਹੀਂ। ਆਹੋ, ਹੱਲ ਆਹ ਤਾੜੀਆਂ ਮਾਰੀ ਜਾਣ ਡਾ ਇੱਧਰ। ਅਸਲਾਮ ਅਲੈਕੁਮ ਭਾਈ ਜਾਨ। ਖੈਰ ਜੀ, ਵਾਲੈਕਮ ਸਲਾਮ, ਬੈਠੋ ਭਾਈ ਸੀਟ 'ਤੇ। ਟਾਈਮ ਹੈਗਾ ਜੇ ਭਾਈ ਜੀ? ਟਾਈਮ ਹੀ ਟਾਈਮ ਆ। ਹੋਏ ਹੋਏ, ਕਾਲੀਆਂ ਪਈਆਂ ਬਈ, ਹਰ ਪਾਸੇ ਕਾਲੀਆਂ ਪਈਆਂ। ਗਾਹਕ ਦੀ ਦਿਵਾਲੇ ਹੋਈ ਦਾ, ਮੇਰੇ ਵੱਲ ਵੇਖੀ ਜਾਣ ਡਿਆ। ਅੱਛਾ ਜੀ, ਤਾਜ ਕੱਪੜਾ ਪਾਵਾਂ? ਪੋਤੋ ਗਾਹਕ ਗਾਇਬ ਕਰਨਾ ਤੂੰ, ਕੱਪੜਾ ਪਾਵੇਂ ਤੇ ਕੱਪੜਾ ਹੀ ਪਾਉਣਾ ਵਾ, ਉਹਨੂੰ ਪੁੱਛ ਕਰਾਉਣਾ ਕੀ ਆ ਪਹਿਲੇ। ਕੀ ਕਰਾਉਣਾ ਭਾਅ ਜੀ? ਕੀ ਕਰ ਲੈਂਦੇ ਹੋ ਭਾਅ ਜੀ? ਵੀ ਸ਼ੇਵ ਕਰਾਉਣੀ ਆ, ਕਟਿੰਗ ਕਰਾਉਣੀ, ਹੋਰ ਕੀ ਕਰਾਉਣਾ ਤੱਕ? ਵੀ ਪੁੱਛਣੇ ਆ ਭਾਅ ਜੀ। ਤੇ ਉਹੀ ਦੱਸਣੇ ਆ ਮੈਂ ਤੈਨੂੰ। ਚੱਲ ਕੱਪੜਾ ਪਾ ਪੁੱਤ। ਉਹ ਮੇਤੇ ਕੱਪੜਾ ਪਾਈ ਜਾਂਦਾ, ਹਨੇਰੀ ਚੱਲਣ ਦੀ ਬਾਹਰ, ਵੀ ਤੁਸੀਂ ਆਪ ਆਓ ਭਾਈ। ਉਹ ਭਲਿਆ, ਇਹ ਮੇਰਾ ਸ਼ਿਗਿਰਦ ਬਹੁਤ ਕਾਬਲ ਆ, ਇਹਦੇ ਹੱਥ ਮੇਰੇ ਹੱਥ ਹੀ ਆ। ਆਪਣੇ ਲਵਾਤੇ ਤੁਸੀਂ? ਵੀ ਤੁਸੀਂ ਆਵੋ ਬਈ, ਜੋ ਕੰਮ ਉਸਤਾਦ ਨੇ ਕਰ ਲੈਣਾ, ਸ਼ਾਗਿਰਦ ਨੇ ਥੋੜ੍ਹਾ ਕਰਨਾ, ਉਹ ਕੱਪੜਾ ਤੇ ਕੋ ਪੁੱਛ ਕੇ ਪਾਉਂਦੇ ਆ। ਇੱਕ ਦਿਨ ਹੋ ਜਾ, ਨਹੀਂ ਵੀ ਮੈਂ ਕਾਹ ਤੋਂ ਹੱਥ ਲਵਾ ਦੇਣੇ।
ਮੈਂ ਮੁੜ ਕੇ ਸ਼ੇਵ ਐਨ ਨਰਮ ਕਰਨੀ ਉਹ ਭਾਈ ਜੀ ਵੀ ਤੁਸੀਂ ਆਪ ਕੰਮ ਕਰੋਗੇ ਉਹਨੇ ਦਸ ਦਸ ਕਰਨੀ ਘੰਟਾ ਲਾ ਦੇਣਾ ਪੰਦਰਾਂ ਮਿੰਟਾਂ ਦਾ ਕੰਮ ਨਹੀਂ ਹੁੰਦਾ ਘੰਟਾ ਲਾ ਦੇਣਾ ਤੈਨੂੰ ਫਿੱਟ ਕਰਨਾ ਉਹਨੇ ਘੰਟਾ ਲਾ ਦੇਣਾ ਪਾ ਦੇਣਾ ਕੱਪੜਾ ਭਾਈ ਜੀ ਤੁਹਾਡੀ ਨਹੀਂ ਲਾਉਣੀ ਸ਼ੇਪ ਲਾਉਣੀ ਆ ਸ਼ੇਪ ਅਸੀਂ ਕਿਹੜਾ ਸ਼ੇਪ ਕਦੀ ਕੀਤੀ ਨਹੀਂ ਬੱਲੇ ਬੱਲੇ ਆ ਬੱਚਿਆਂ ਵਾਲਾ ਕੱਪੜਾ ਪਾ ਤਾ ਸਾਰੇ ਮੂੰਹ ਬਣੇ ਆ ਧੌਣਾ ਲਾਤੀਆਂ ਇਹਨਾਂ ਦੀਆਂ ਤੇ ਥੱਲੋਂ ਧੜ ਕਿੱਧਰ ਗਏ ਇਹਨਾਂ ਬੰਦਿਆਂ ਦੇ ਉਹ ਭਰਾਵਾ ਤੂੰ ਸ਼ੇਪ ਕਰਾ ਤੂੰ ਤਾਂ ਜਾਦੂਗਰ ਵਾਲੀਆਂ ਆਈਟਮਾਂ ਦੱਸੀ ਜਾਂਦੇ ਧੜ ਕਿੱਧਰ ਗਏ ਸਾਨੂੰ ਡਰਾਈ ਜਾਣਦੇ ਆ ਲਿਆ ਪੁੱਤ ਸ਼ਾਵਰ ਸ਼ੂਵਰ ਫੜ ਸ਼ੇਪ ਦੇ ਕਿੰਨੇ ਪੈਸੇ ਲੈਂਦੇ ਹੋ ਸ਼ੇਪ ਦਾ 100 ਰੁਪਈਆ ਭਾਜੀ ਲੱਖ ਲਣ ਤੁਹਾਡੇ ਤੇ ਡੁੱਬ ਕੇ ਮਰ ਜਾਓ ਬਗੈਰ ਤੇ ਉਹ ਭਰਾਵਾ ਇਹ ਕੀ ਕਹੀ ਜਾਣ ਡਿਆ ਤੂੰ ਓਏ ਵੇਖ ਤੇ ਸੀ ਗੈਸ ਫੇਰ ਮਹਿੰਗੀ ਕਰਤੀ ਆ ਯਾਰ ਅੱਛਾ ਇੱਧਰ ਲੱਗਾ ਸੀ ਗਰੀਬ ਆਦਮੀ ਨੇ ਕੀ ਪਾਲਣਾ ਯਾਰ ਆ ਮੇਰਾ ਵੀਰ ਨਾ ਤੂੰ ਗੱਲ ਜ਼ਰਾ ਪੂਰੀ ਕਰ ਲਿਆ ਕਰ ਮੈਂ ਕਹਾਂ ਤੇ ਮੇਰੇ ਦੁਆਲੇ ਹੋਇਆ ਹੋਰ ਸੁਣਾਓ ਤੁਸੀਂ ਕਾਰੋਬਾਰ ਕੰਮ ਕਿਵੇਂ ਮਾਲਕ ਦਾ ਸ਼ੁਕਰ ਮਾਲਕ ਦਾ ਉਹ ਪੁੱਤ ਕੈਂਚੀ ਕਿੱਥੇ ਆ ਕਟਿੰਗ ਵਾਲੀ ਕੈਂਚੀ ਲਿਆ ਇੱਥੇ ਲਗੋ ਕੇ ਕੱਲ੍ਹ ਹੀ ਕਟਿੰਗ ਦਾ ਕੀ ਚੱਲ ਰਿਹਾ ਭਾਈ ਨਾ ਕਟਿੰਗ ਦਾ 150 ਭਾਜੀ ਡੁੱਬ ਕੇ ਮਰ ਜਾਓ ਬਗੈਰ ਤੇ ਡੁੱਬ ਕੇ ਮਰ ਜਾਓ ਕੁੱਤੇ ਵਾਲੀ ਜ਼ਿੰਦਗੀ ਜੀਂਦਾ ਹੈ ਜੇ ਉਹ ਕੀ ਹੋ ਗਿਆ ਤੈਨੂੰ ਅਸੀਂ ਹੁਣ ਪੈਸੇ ਨਾ ਲਈਏ ਤੂੰ ਕੁੱਤੇ ਵਾਲੀ ਕਹੀ ਇਹਨਾਂ ਜ਼ਿੰਦਗੀ ਆ ਵੇਖ ਤੇ ਭਾਈ ਆ ਮੰਡੀ ਦੇ ਵਿੱਚ ਆਲੂਆਂ ਦਾ ਰੇਟ ਫੇਰ 120 ਕਰਤਾ ਚੰਗੇ 90 ਰੁਪਏ ਹੋਏ ਸੀ ਕਿਲੋ ਲੈ ਕੇ ਹਾਂਡੀ 'ਚ ਕੋਈ ਰੌਣਕ ਮੇਲਾ ਲੱਗ ਜਾਂਦਾ ਸੀ ਫਿਰ 120 ਨੂੰ ਪਾ ਦਿੱਤੇ ਉਹਨੇ ਨਹੀਂ ਤੇ ਤੂੰ ਆ ਗਾਲਾ ਗੁਲਾ ਕਿਹਨਾਂ ਨੂੰ ਕੱਢਣ ਡਿਆ ਉਹ ਇਹਨਾਂ ਨੂੰ ਕਹਿਣਾ ਵਾ ਜਿਹੜੇ ਮਹਿੰਗਾਈ ਕਰਦੇ ਆ ਭਾਈ ਨੇ ਇਹਨਾਂ ਨੂੰ ਕਹਿਣਾ ਜਿਨ੍ਹਾਂ ਨੇ ਬਈ ਜੱਟ ਕੀਤਾ ਗਿਆ ਸਾਰਾ ਕੁਛ ਓਏ ਹੋਏ ਹੋਰ ਫਿਰ ਕੋਈ ਪਾਣੀ ਛਾਣੀ ਲਾ ਲਓ ਭਾਈ ਤੇ ਮਤਲਬ ਸੁੱਕੇ ਹੀ ਕੱਟੀ ਜਾਂਦੇ ਜੇ ਪਾਣੀ ਪੂਣੀ ਹੈ ਨਹੀਂ ਤੁਹਾਡੇ ਕੋਲ ਕੋਈ ਹਲਕਾ ਜਿਹਾ ਕੋਈ ਬੱਤਰ ਛੱਤਰ ਲਾ ਲਾ ਇਹ ਨਾਈ ਮੈਂ ਆ ਕਿ ਤੂੰ ਇਹ ਨਾਈ ਤੇ ਤੁਸੀਂ ਜੇ ਇੱਕ ਮਿੰਟ ਜਰਾ ਕਿਤੇ ਸਾਹ ਲੈ ਲਓ ਪਾਣੀ ਲਾ ਲਓ ਮੈਂ ਕਿਤੇ ਸਬਜ਼ੀ ਲਾਈ ਆ ਕਿ ਮਰ ਜਾ ਜਾਣੀ ਪਤਾ ਹੀ ਨਹੀਂ ਜੇ ਇਸ ਕੰਮ ਦਾ ਚੁੱਪ ਕਰਕੇ ਬਈ ਤਾਂ ਹੁੰਦਾ ਜੀ ਜੀ ਕਿੰਨੇ ਕੁ ਵਜੇ ਸੁਬਾਹ ਮਾਮ ਖੋਲ ਲੈਂਦੇ ਜੇ ਤੂੰ ਨਾਸ਼ਤਾ ਲੈ ਕੇ ਆਉਣਾ ਮੇਰੇ ਲਈ ਦੋ ਮਿੰਟ ਚੁੱਪ ਕਰ ਜਾ ਯਾਰ ਕੰਮ ਭਾਈ ਮੈਂ ਕਿਹਾ ਅਗਰ ਕੋਈ ਪੁੱਛੇ ਬੰਦਾ ਇਹ ਕਹਿ ਦਿੰਦਾ ਕਿ ਉਹ ਹਮਾਮ ਸਵੇਰੇ ਖੁੱਲ ਜਾਂਦਾ ਉੱਧਰ ਚੱਲ ਜਾਵੋ ਤਾਂ ਪੁੱਛਿਆ ਭਾਈ ਨੇ ਤੁਹਾਨੂੰ ਚਾਹ ਬਾਸ਼ੇ ਤੇ ਕਿੰਨੇ ਕੁ ਵਜੇ ਖੋਲ ਲੈਂਦੇ ਜੀ 7 ਵਜੇ ਖੋਲ ਲਈਦਾ ਮਾ ਲਾਣ ਤੁਹਾਡੀ ਸ਼ਕਲ ਤੇ ਯਾਰੋ ਜੀ ਤੇ ਉਹ ਭਾਈ ਕੀ ਕਹੀ ਜਾਂਦਾ ਤੂੰ ਓਏ ਆ ਵੇਖ ਤੇ ਸਹੀ ਭਾਈ ਪੈਟਰੋਲ ਦਾ ਰੇਟ ਫੇਰ ਵਧਾਤਾ ਵੀ ਕੀ ਮਜ਼ਦੂਰੀ ਕਰਨੀ ਕਿਸੇ ਨੇ ਹੈ ਹਾਂ ਨਹੀਂ ਨਹੀਂ ਗੱਲ ਤੇ ਸਹੀ ਆ ਬੇੜਾ ਚੱਟ ਹੋ ਜਾਂਦਾ ਵੀ ਅਖਬਾਰ ਚੋਂ ਪਰੇ ਰੱਖ ਦੇ ਨਹੀਂ ਤੇ 8-9 ਲੱਖ ਦੀਆਂ ਤੇ ਐਲਾਨ ਤਾਂ ਪਾਤੀ ਨੇ ਕਰੋੜ ਪੂਰਾ ਕਰ ਦੇਣਾ ਪਰੇ ਕਰ ਲੈਣਾ ਉਹ ਭਰਾਵਾ ਇਹ ਕੀ ਮਤਲਬ ਡਟੋਲ ਲਾਉਂਦੇ ਜੇ ਸ਼ੇਪ ਤੋਂ ਬਾਅਦ ਕਿ ਫਟਕੜੀ ਲਾਉਂਦੇ ਜੇ ਭਾਜੀ ਮੈਂ ਮਿੱਟੀ ਦਾ ਤੇਲ ਲਾਉਂਦਾ ਡੁੱਬ ਕੇ ਮਰ ਜਾ ਲਾਣਾ ਤਾਂ ਇਹ ਕੀ ਕਹੀ ਜਾਣ ਡਿਆ ਤੂੰ ਭਰਾਵਾ ਉਹ ਭਾਈ ਸਵੇਰੇ ਸਵੇਰੇ 3 ਖਬਰਾਂ ਮੱਥੇ ਲੱਗੀਆਂ ਵੀ ਤੇ ਨਹੀਂ ਮਹਿੰਗਾਈ ਵਾਲੀਆਂ ਹੈ ਅੱਛਾ 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 ਲਾਣਾ ਤਾਂ ਐਸੇ ਕੰਮ ਤੇ ਯਾਰ ਕੋਈ ਹਾਲ ਨਹੀਂ ਤੁਸੀਂ ਨਾ ਹੁਣ ਚੁੱਪ ਕਰਕੇ ਸ਼ੇਵ ਕਰਾਓ ਤੁਹਾਡੀ ਖੈਰ ਹੋ ਗਈ ਹਾਂਜੀ ਆ ਕਲਮਾ ਸੈੱਟ ਕਰ ਲਓ ਨਾ ਸ਼ੇਵ ਬਾਅਦ ਚ ਕਰ ਦਿਓ ਕਰਦੇ ਆ ਕਲਮਾ ਹੀ ਸੈੱਟ ਕਰ ਲਓ ਹਾਂਜੀ ਹਾਂਜੀ ਇਹ ਟੱਕੇ ਵਾਲੀ ਨਾ ਕਰ ਦਿਓ ਭਾਜੀ ਸਾਦੀ ਕਲਮ ਪਸੰਦ ਕਰਦੇ ਸਾਡੇ 'ਚ ਟੱਕੇ ਵਾਲੀ ਨਹੀਂ ਕਰਦੇ ਉਹ ਭਰਾਵਾ ਨਹੀਂ ਟੱਕੇ ਵਾਲੀ ਹੁੰਦੀ ਤੈਨੂੰ ਕੋਈ ਕੰਮ ਦਾ ਆਲਾਮਾ ਆਊ ਅਸੀਂ ਇੱਥੇ ਬੈਠੇ ਹਾਂ ਇਹ ਸਾਡੀ ਦੁਕਾਨ ਆਪਣੀ ਆ ਵੀ ਬੈਠਣ ਥੋੜ੍ਹਾ ਦੇਣਾ ਮੈਂ ਆ ਕੇ ਜੁੱਤੀ ਜੁੱਤੀ ਹੋ ਜਾਣਾ ਕੰਮ ਗਲਤ ਹੋਇਆ ਤੇ ਮੈਂ ਕਹਿਣਾ ਥੋੜ੍ਹਾ ਨਹੀਂ ਕੰਮ ਐਵੇਂ ਗਲਤ ਹੋ ਗਿਆ ਹਾਂਜੀ ਕੰਮ ਐਵੇਂ ਗਲਤ ਹੋ ਗਿਆ ਹੁਣ ਕਹਿਣ ਸਹਿਣ 'ਚ ਥੋੜ੍ਹਾ ਲੱਗੇ ਰਹਿਣਾ ਆਪਾਂ ਆ ਕੰਨ ਬਚਾਈ ਕੰਨ ਬਚਾਈ ਮੇਰਾ ਤੂੰ ਬੜਾ ਚੁਗਲੀਆਂ ਸੁਣਨੀਆਂ ਕਿਸੇ ਦੀਆਂ ਕੰਨ ਬਚਾਈ ਉਹ ਭਾਈ ਹੁਣ ਕੰਨ ਲਵਾ ਲਵਾਂ ਧਿਆਨ ਨਾਲ ਜ਼ਰਾ ਓਕੇ ਓਕੇ ਪਤਾ ਗੱਲ ਕੀ ਆ ਭਾ ਇਹ ਸਾਡਾ ਕੰਮ ਹੀ ਬਹੁਤ ਜਲਦੀ ਪੁਸ਼ਤੀ ਕੰਮ ਆ ਅੱਛਾ ਅੱਛਾ ਨਾਲੇ ਇੱਕ ਗੱਲ ਭਾਜੀ ਪਹਿਲੇ ਨਹੀਂ ਕਦੀ ਵੇਖਿਆ ਤਾਂ ਨਵਾਂ ਨਵਾਂ ਵੇਖਿਆ ਕੀ ਗੱਲ ਬਈ ਦੁਕਾਨ 'ਤੇ ਨਹੀਂ ਆਇਆ ਮੈਂ ਤੇਰੇ ਕਦੀ ਤੇ ਤੂੰ ਕਿੱਦਾਂ ਵੇਖ ਲੈਣਾ ਭਾਈ ਨਹੀਂ ਅਸੀਂ ਮੱਲੇ 'ਚ ਫਿਰਦੇ ਤੁਰਦੇ ਨਾ ਪਕਵਾਈ ਵੀ ਕਰ ਦੇਣਾ ਅਸੀਂ ਹਾਂਜੀ ਹਾਂਜੀ ਆਹ 9 ਨੰਬਰ ਗਲੀ 'ਚ ਮੇਰੇ ਸਹੁਰੇ ਆ ਭਾਜੀ 9 ਨੰਬਰ ਗਲੀ 'ਚ ਹਾਂਜੀ ਅਸਲ 'ਚ ਮੇਰੇ ਸਾਲੇ ਦੀ ਆ ਸ਼ਾਦੀ ਭਾਜੀ ਅੱਛਾ ਕੀ ਨਾਂ ਤੁਹਾਡੇ ਸਾਲੇ ਦਾ ਮੇਰਾ ਗਫਾਰ ਜੀ ਉਹ 13 ਵੀ ਸਾਲਾ ਵਾ ਉਹ ਤਾਂ ਮੈਂ
ਮੇਰਾ ਵੀ ਸਾਲਾ ਕੀ ਮਤਲਬ? ਉਹ ਮੇਰਾ ਮਤਲਬ ਉਹਨਾਂ ਦਾ ਇੱਕ ਮੁੰਡਾ, ਆਹੋ ਦੋ ਭੈਣਾਂ ਹੋਰ ਵਿਆਹੀਆਂ ਉਹਨਾਂ, ਉਹ ਕਿਹੜਾ ਮੇਰੇ ਇਕੱਲੇ ਦਾ ਸਾਲਾ ਭਾਈ? ਹੁਣ ਵੇਖੋ ਨਾ ਵੀ ਮਤਲਬ ਇਹ ਸਾਲਾ ਹਰ ਘਰ 'ਚ ਹੀ ਹੁੰਦਾ ਵਾ। ਆਹੋ ਨਾਲੇ ਸਾਰੇ ਕਹਿੰਦੇ ਸਾਲਾ ਅੱਧੇ ਘਰ ਵਾਲਾ। ਹਾਂਜੀ ਹਾਂਜੀ। ਅੱਛਾ ਆਪਣੇ ਸਾਲੇ ਦੀ ਸ਼ਾਦੀ 'ਤੇ ਆਏ ਆ? ਹਾਂਜੀ ਠੀਕ। ਅਤੇ ਉਹ ਸਾਰੇ ਟੋਰ ਟੱਪੇ, ਆਹ ਕਲਮ ਸੈੱਟ ਆ, ਸੈੱਟ ਭੈਣ ਇਹ ਹੁਣ ਬਰਾਬਰ ਹੋ ਗਈ ਉਹ। ਹਾਂਜੀ ਹਾਂਜੀ। ਅਤੇ ਉਹ ਸਾਰੇ ਟੋਰ ਟੱਪੇ 'ਚ ਲੱਗੇ, ਕੋਈ ਫਿਸ਼ਲ ਕਰਾਉਂਦੇ ਆ ਬਈ, ਹੈਂ ਖੁਰਾਕਾਂ ਮਾੜੀਆਂ ਵਾ, ਚਿਹਰੇ ਬਸੁਰੇ ਹੋ ਜਾਂਦੇ ਆ। ਹਾਂਜੀ ਭਾਅ ਜੀ। ਫਿਰ ਉੱਤੇ ਫਿਸ਼ਲਾਂ ਕਰਾਉਂਦੇ ਆ। ਹਾਂ ਤਾਂ ਤੁਸੀਂ ਨਾ ਕਰਾਓ ਫਿਸ਼ਲ। ਨਹੀਂ ਨਹੀਂ, ਮੈਂ ਤਾਂ ਸਾਰੀ ਜ਼ਿੰਦਗੀ ਕਰੀਮ ਨਹੀਂ ਜੀ ਲਾਈ, ਪੇਂਡੂ ਬੰਦੇ ਹਾਂ ਅਸੀਂ ਤੇ ਸਾਰੀ ਉਮਰ ਕਰੀਮ ਵੀ ਨਹੀਂ ਲਾਈ ਭਾਅ ਜੀ। ਅੱਛਾ ਜੀ। ਹਾਂਜੀ, ਮੂੰਹ ਹੱਥ ਧੋਈਦਾ, ਤੇਲ ਲਾਈਦਾ, ਝੱਟ ਤੇ ਹੋ ਜਾਈਦਾ। ਆ ਕਿਹਦੇ ਕੋਲ ਕਰਾਈ ਆ ਪਹਿਲੇ ਕਟ? ਇਹ ਪਹਿਲੇ ਜਨਾਬ, ਉੱਥੇ ਮੁੰਡਾ ਵਾ ਜਫਰ, ਜਫਰ ਸਾਡੇ ਉੱਥੇ ਨੁੱਕਰ ਤੇ ਮਾਮ ਆ, ਉਹ ਤਾਂ ਬੜਾ ਮਸ਼ਹੂਰ ਆ, ਬੜਾ ਸੋਹਣਾ ਹੱਥ ਆ ਉਹਦਾ। ਕੀ ਚਪੇੜਾ ਮਾਰਦਾ ਤੇਰੇ? ਨਹੀਂ ਨਹੀਂ, ਉਹ ਕੋਈ ਸ਼ੇਵ ਕਰਾਈ ਦੀ ਆ, ਉਹ ਕੋਈ ਸਾਰਾ ਕੰਮ ਕਰਾਈ ਦਾ। ਕਟਿੰਗ ਦੀ ਮੈਂ ਦੱਸਣ ਡਿਆ, ਇੰਨੇ ਵਾਲ ਕੋਈ ਤੋਂ ਇੰਨੇ ਥਾਂ, ਇੰਨੇ ਠਾਂ, ਇੰਨੇ ਥਾਂ, ਇੰਨੇ ਠਾਂ। ਅਸਲ ਦੇ ਵਿੱਚ ਕਾਹਲੀ 'ਚ ਆਇਆ ਨਾ ਵਾ, ਬੂ ਨਾ ਉੱਡੇ ਉੱਡੇ ਹਲਕਾ ਜਿਹਾ ਉੱਤਰ ਲਾ ਲਓ ਪਾਣੀ ਦਾ। ਓਕੇ ਓਕੇ, ਉਹ ਇਹਦੀ ਸਪੀਡ ਘੱਟ ਕਰ ਭਾਈ, ਕੰਨ ਦੇ ਦੂਜੇ ਪਾਸੋਂ ਦਾ ਪਾਣੀ ਕੱਢ ਦਊਂ, ਇਹਦਾ ਸ਼ਾਵਰ ਹਸਤਾ ਕਰ ਥੋੜ੍ਹਾ ਜਿਹਾ। ਹਾਂਜੀ, ਹੋਏ ਪੱਧਰੇ ਭਾਈ ਨੇ? ਇੱਕ ਮਿੰਟ ਕਰ ਦਿੰਦੇ ਹਾਂ ਪੱਧਰੇ। ਉਹ ਤੋਂ ਰੂਲਾ ਲਾਇਆ ਬਾਹਰੋਂ, ਕਿਉਂਕਿ ਭਾਈ ਕੰਘੇ ਪਾਣੀ ਨੇ ਪੱਧਰੇ ਹੋਣੇ ਆ, ਵੀ ਜਲਦੀ ਕਰਦੇ ਉਹ ਅੱਗੇ ਹੀ ਉਹ ਦੇਖਣ ਦੇ ਹੋਣੇ ਕਿ ਕਿੱਧਰ ਚਲਾ ਗਿਆ ਵਾ। ਮੇਰੀ ਫਿਕਰ ਪਈ ਭਰਾਵਾ, ਮੇਰੀ ਫਿਕਰ ਪਈ, ਘਰ ਜਵਾਈ ਆ ਨਾ ਉਹਨਾਂ ਦਾ। ਆਹੋ ਭਰਾਵਾ, ਜਵਾਈਆਂ ਦੀ ਫਿਕਰ ਹੁੰਦੀ ਆ। ਹਾਂ, ਮੇਰੀ ਫਿਕਰ ਪਈ ਆ, ਵੇਖਦੀ ਹੋਣੀ ਮੇਰੀ ਸੱਸ ਕਿੱਧਰ ਨੂੰ ਚਲਾ ਗਿਆ ਹੋਣੀ। ਬਸ ਕਲਮਾਂ ਦਾ ਫਰਕ ਸੀਗਾ, ਉਨੀ ਵੀ ਕਰਤੀਆਂ ਸੈੱਟ, ਮੈਂ ਬਗੈਰ ਸੈੱਟ ਹੋ ਗਿਆ ਕੰਮ। ਆ ਬਸ ਆ ਸ਼ੇਪ ਨੂੰ ਬੱਤਰ ਲਾ ਦੇ, ਜ਼ਰਾ ਸੋਹਣੀ ਕਰਕੇ ਸ਼ੇਪ ਕਰੀ ਹੈ। ਸ਼ੇਪ ਵੀ ਕਰ ਦਿੰਦੇ ਹਾਂ। ਅਤੇ ਕਿੰਨੀ ਦੇਰ ਹੋ ਗਈ ਇੱਧਰ ਸ਼ਾਦੀ ਹੋਣ? ਸ਼ਾਦੀ ਨੂੰ ਮੇਰੇ ਨੂੰ ਹੋ ਗਏ ਆ, ਮੇਰਾ ਖਿਆਲ 12 ਕੁ ਸਾਲ ਹੋ ਗਏ ਆ। 12 ਕੁ ਸਾਲ? ਹਾਂ, 3 ਬੱਚੇ ਆਪਣੇ। ਮਾਸ਼ਾਅੱਲਾ ਮਾਸ਼ਾਅੱਲਾ। ਹਾਂ, 3 ਮੁੰਡੇ ਅੱਲਾ ਨੇ ਦਿੱਤੇ ਸੋਹਣੇ ਗੱਭਰੂ। ਅਤੇ ਕਿੰਨਾ ਖਰਚਾ ਆ ਗਿਆ ਸੀ ਵਿਆਹ 'ਤੇ? ਓਏ ਉਦੋਂ ਭਲੇ ਦੌਰ ਸੀ ਭਾਈ, ਕਿਸੇ ਹੋਰ ਨਹੀਂ ਕਰਦਾ ਸੀ। ਨਹੀਂ ਨਹੀਂ, ਮਤਲਬ ਮਹਿੰਗਾਈ ਘੱਟ ਸੀਗੀ, ਹੁਣ ਤਾਂ ਬਈ ਇੱਕ ਚੀਜ਼ ਲੈਣ ਜਾਵੋ, ਜਦੋਂ ਦੁਬਾਰਾ ਉਹ ਲੈਣ ਜਾਵੋ ਤਾਂ 100 ਰੁਪਏ ਮਹਿੰਗੀ ਹੋਈ ਹੁੰਦੀ ਆ। ਫਿਰ ਵੀ ਉਦੋਂ 4-5 ਲੱਖ ਰੁਪਇਆ ਖਰਚਾ ਆ ਗਿਆ ਸੀ, ਰਿਸ਼ਤੇਦਾਰੀ ਬਾਹਲੀ ਆ ਨਾ ਸਾਡੀ। 90 ਰੁਪਏ ਨਾਲੇ ਤੁਹਾਡੇ, ਤੇਰੇ ਸਹੁਰੇ ਦਾ ਨਾਮ ਆ? ਉਹ ਬੜਾ ਨਾਂ ਜੀ ਭਾਅ ਜੀ ਮੁਹੱਲੇ 'ਚ। ਕੀ ਪੰਪ ਖੋਲਦਾ? ਨਹੀਂ ਨਹੀਂ, ਫਿੱਟ ਕਰਦਾ, ਪੰਪਾਂ ਦੀ ਦੁਕਾਨ ਆਪਣੀ ਆ, ਜਦੋਂ ਖੋਲਣਾ ਤਾਂ ਫਿੱਟ ਵੀ ਤਾਂ ਕਰਨਾ ਹੀ ਆ। ਆਹ, ਦੋਰ ਫਿੱਟ ਨਾ ਕਰ ਗਿਆ ਹੋਵੇ। ਹਾਂਜੀ ਹਾਂਜੀ, ਸਾਡਾ ਕੰਮ ਭਾਅ ਜੀ, ਇੰਨੇ ਕੰਮ ਸੀ। ਅਤੇ ਜਨਾਬ ਉੱਦਾਂ ਸਹੁਰੇ ਰਾਜੀ ਹੈ ਤੇਰੇ ਤੋਂ? ਮੈਂ ਕਹਿੰਦਾ ਕਿ ਸੱਦਿਆ ਸਾਰਿਆਂ ਤੋਂ ਪਹਿਲਾਂ ਮੈਨੂੰ ਸੱਦਿਆ ਉਹਨਾਂ ਨੇ। ਆਹੋ, ਘਰ ਦੇ ਕੰਮ ਵੀ ਕਰਾਉਣੇ ਸੀ ਨਾ ਉਹਨਾਂ ਨੇ। ਹਾਂ, ਉਹ ਫਿਰ ਕੀ ਮਤਲਬ? ਇਹਨੇ ਤਾਂ ਤੁਸੀਂ ਵੱਡੇ, ਤੁਸੀਂ ਹੋਏ ਨਾ ਫਿਰ ਜਵਾਈ ਲੱਗਦਾ। ਓਏ ਆਹੋ, ਫਿਰ ਦੇਣੇ ਲੈਣੇ ਵੇਗ ਚਾਰ ਆ, ਸਾਰਾ ਕੁਛ ਆ, ਦੇਗਾ ਤੰਬੂ ਵਾਲਿਆਂ ਨੂੰ ਸਾਰਿਆਂ ਨੂੰ ਮੈਂ ਹੀ ਕਹਿਣਾ ਵਾ। ਅੱਛਾ ਭਾਅ, ਤੂੰ ਬਾਹਲੇ ਦਾ ਜਵਾਈ ਆ? ਹਾਂਜੀ ਹਾਂਜੀ। ਨਹੀਂ, ਆਪਣੀ ਖਰੀ ਆ, ਉਹਦੇ ਨਾਲ ਆਉਂਦਾ ਜਾਂਦਾ ਇੱਥੇ ਸ਼ੇਪ ਸ਼ੂਪ ਕਰਾਉਣ। ਓਏ ਆਹੋ, ਫਿਰ ਮੱਲੇਦਾਰੀ ਆ ਵੀ, ਹੋਰ ਕਿੱਥੇ ਜਾਣਾ ਉਹਨਾਂ ਨੇ? ਹਾਂ, ਬੱਚੇ ਵੀ ਸਾਰੇ ਇੱਧਰ ਹੀ ਆਉਂਦੇ। ਬੱਲੇ ਬੱਲੇ, ਇੱਕ ਬੰਦਾ ਬੀਬਾ ਵਾ। ਅੱਛਾ, ਹਾਂ, ਲੇਕਿਨ ਇੱਕ ਗੱਲ ਤੈਨੂੰ ਮੈਂ ਦੱਸਦਾ। ਹਾਂਜੀ ਹਾਂਜੀ। ਇੱਕ ਜਵਾਈ ਆ ਉਹਦਾ, ਉਹ ਬਹੁਤ ਬਲੱਜ ਆ। ਬਾਲੇ ਦਾ ਮੈਂ ਤਾਂ ਤੇਰੇ ਨਾਲ ਤਾਂ ਗੱਲ ਕਰ ਲਾਂਗਾ ਕਿ ਤੂੰ ਵੀ ਉਹਨਾਂ ਦਾ ਵੱਡਾ ਜਵਾਈ ਆ। ਹਾਂਜੀ ਹਾਂਜੀ। ਉਹਦੀ ਕਦੀ ਕੁੜੀ ਨੂੰ ਮਾਰਦਾ ਵਾ, ਕਦੀ ਉਹਨੂੰ ਨਿਆਣੇ ਲੈ ਕੇ ਕੁੜੀ ਨੂੰ ਇੱਧਰ ਘਰ ਭੇਜ ਦਿੰਦਾ ਵਾ, ਅਤੇ ਕੰਮ ਕਾਰ ਵੀ ਕੋਈ ਨਹੀਂ ਕਰਦਾ। ਕਹਿੰਦਾ ਕਦੀ ਮਹੀਨੇ ਬਾਅਦ ਕਹੂ ਕਿ ਮੈਨੂੰ 10,000 ਭੇਜੋ, ਨਹੀਂ ਤਾਂ ਮੈਂ ਬੱਚਿਆਂ ਸਮੇਤ ਕੁੜੀ ਘਰ ਭੇਜ ਦੇਣੀ ਹੈ। ਕਦੀ ਕਹਿੰਦਾ ਮੇਰਾ ਬਿੱਲ ਆ ਗਿਆ ਬਹੁਤਾ, ਕੋਈ ਕਹਿੰਦਾ ਕੰਮ ਹਦਾਇਤ ਵਾਲਾ ਨਹੀਂ ਕਰਦਾ। ਕਹਿੰਦਾ ਉਹਦੀ ਰੂਹ ਹੀ ਬਲੱਜ ਟੈਪ ਹੋਈ। ਅੱਛਾ। ਅਤੇ ਫਿਰ ਮੈਂ ਉਹਨੂੰ ਕਿਹਾ, ਮੈਂ ਕਿਹਾ ਕੋਈ ਨਹੀਂ ਭਰਾਵਾ। ਚਾਚੂ ਬਾਲੇ ਨੇ ਦੱਸਿਆ? ਚਾਚੂ ਬਾਲੇ ਨੇ ਤੇਰੇ ਸਹੁਰੇ ਨੇ? ਅੱਛਾ ਅੱਛਾ। ਹਾਂ, ਤਾਂ ਉਹਨੇ ਕਿਹਾ ਵੀ ਯਾਰ ਇਹ ਬਲੱਜ ਲੋਕ ਵੀ ਲੱਭ ਜਾਂਦੇ ਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਤੂੰ ਦੇਖ ਕੇ ਨਹੀਂ ਰਿਸ਼ਤਾ ਕੀਤਾ ਸੀ? ਕਹਿੰਦਾ ਭਰਾਵਾ, ਮੈਨੂੰ ਉਹ ਵਿਚੋਲੇ ਨੇ ਫਸਾ ਦਿੱਤਾ, ਘਰ ਬਾਹਰ ਚੰਗਾ ਸੀਗਾ, ਅੰਦਰ ਜਦੋਂ ਮੈਂ ਬੜਿਆ ਬੜਾ ਵੈਲਕਮ ਕੀਤਾ ਉਹਨਾਂ ਨੇ, ਅਤੇ ਬਾਅਦ 'ਚੋਂ ਪਤਾ ਲੱਗਾ ਕਿ ਉਹ ਤਾਂ ਬੰਦੇ ਹੀ ਸਾਰੇ ਫਜ਼ੂਲ ਆ।
ਓਏ ਅੱਛਾ ਯਾਰ ਸ਼ੇਵ ਕਰ ਦਿਓ, ਬਕਾਇਆ ਗੱਲਾਂ ਮੈਨੂੰ ਉਹ ਵੀ ਦੱਸ ਲੈਣ ਕੋਈ। ਆ ਫੜ ਜਰਾ, ਉਹਨਾਂ ਨੇ ਕਦੀ ਮੇਰੇ ਨਾਲ ਗੱਲ ਨਹੀਂ ਕੀਤੀ ਇਦਾਂ ਦੀ ਕੋਈ। ਪਤਾ ਕੀ ਆ, ਤੇ ਤੋਂ ਘਬਰਾਉਂਦੇ ਹੋਣੇ ਤੂੰ, ਵੱਡਾ ਜਵਾਈ ਜੋ ਉਹਨਾਂ ਦਾ। ਓਏ ਉਹ ਫਿਰ ਤੈਨੂੰ ਪਤਾ ਠਾਠ ਪਾਠ ਤੇ ਹੁੰਦੀ ਆ। ਓ ਯਾਰ ਮੇਰੇ ਪਿੱਛੇ ਇੱਟੀ ਲਾ ਦੇ, ਉਹ ਕਿੱਥੇ ਲੈ ਗਿਆ ਮੈਨੂੰ ਤੂੰ? ਮਜਮ ਪੁੱਤ ਚੁੱਕੀ ਦਾ ਹੁੰਦਾ ਕੰਮ, ਪੁੱਤ ਪਿੱਛੇ ਹੱਥ ਹੀ ਰੱਖ ਲਾ, ਸਾਡੀ ਕਿਹੜਾ ਹਵਾ ਨਿਕਲਣ ਦੀ, ਹੱਥ ਰੱਖ ਲਵੇ ਚੱਲ ਲੋਟੋ। ਠੀਕ ਹੋ ਗਿਆ, ਤੁਸੀਂ ਭਾਈ ਮੇਰੇ ਮਣਕੇ ਦਾ ਵੱਲ ਕੱਢਤਾ। ਬਾਕੀ ਇੱਕ ਗੱਲ ਆ, ਸਹੁਰਾ ਤੇਰਾ ਬੰਦਾ ਚੰਗਾ ਸੀ, ਲੇਕਿਨ ਉਹਨੂੰ ਜਵਾਈ ਕੰਜਰ ਜਿਹਾ ਲੱਭ ਗਿਆ। ਉਹ ਯਾਰ ਉਹਨੂੰ ਲੱਭ ਗਿਆ, ਤੈਨੂੰ ਲੱਭ ਗਿਆ ਜਵਾਈ, ਵੀ ਉਹਨੂੰ ਲੱਭ ਗਿਆ ਭੁਗਤਣ ਦੇ ਉਹਨੂੰ, ਤੂੰ ਕੰਮ ਤੇ ਕਰ ਆਪਣਾ ਭਾਈ। ਨਹੀਂ ਨਹੀਂ ਉਹਦੀ ਗੱਲ ਕਰ, ਵੀ ਸਾਰੀਆਂ ਗੱਲਾਂ ਤੂੰ ਹੀ ਕਰਨੀਆਂ ਚਾਚੇ ਵਾਲੇ ਦੀਆਂ ਮੇਰੇ ਨਾਲ। ਬੰਦੇ ਤਾਂ ਬੜੇ ਭਲੇ ਮਾਨਸ ਆ। ਓਏ ਬੰਦੇ ਜਵਾਈ ਵੀ ਭਲਾ ਮਾਨਸ ਆ ਉਹਨਾਂ ਦਾ, ਗੱਲ ਇਹ ਆ ਕਿ ਜ਼ਰੂਰੀ ਨਹੀਂ ਕਿ ਬੰਦੇ ਦਾ ਹੀ ਕਸੂਰ ਹੋਵੇ। ਆ ਕੁੜੀਆਂ ਦੀ ਜ਼ਬਾਨ ਵੀ ਬਹੁਤ ਲੰਬੀ ਹੁੰਦੀ ਆ ਅੱਜ ਕੱਲ੍ਹ, ਜਨਾਨੀਆਂ ਵੀ ਬੜੀਆਂ ਟੁਰ ਟੁਰ ਕਰਦੀਆਂ। ਉਹ ਨਹੀਂ ਜਿੱਡੇ ਮਰਜ਼ੀ ਲੰਬੀਆਂ ਹੋਣ, ਲੇਕਿਨ ਬੜੀਆਂ ਸ਼ਰੀਫ ਆ ਉਹ, ਮੈਨੂੰ ਪਤਾ ਕਿਉਂਕਿ ਮੈਂ ਜਾਣਦਾ ਵਾਂ ਬਾਲੇ ਨੂੰ, ਮੇਰੇ ਕੋਲ ਸਾਰੀ ਜ਼ਿੰਦਗੀ ਹੋ ਗਈ ਇੱਥੇ, ਸਾਡੇ ਆਉਂਦਾ ਰਜਾਂਦਾ ਰਿਹਾ ਉਹ ਸ਼ੇਪ ਸ਼ੂਪ ਕਰਾਉਣ, ਪੁਆਈ ਦਾ ਵੀ ਅਸੀਂ ਕਰਦੇ ਸੀ ਉਹਦੇ ਕੋਲ। ਅੱਛਾ ਅੱਛਾ ਠੀਕ। ਬਾਕੀ ਇਹ ਆ ਮਾਲ ਬਲਾਜ ਜਵਾਈ ਵੀ ਕਿਸੇ ਨੂੰ ਨਾ ਦੇਵੇ। ਆ ਜੀ ਆ ਲਾ ਲਾ ਹੁਣ ਸਾਬਣ ਸੁਬਣ ਵੀ ਲਾ ਲਾ ਜਾਂ ਦੱਸ ਦੇਣੇ ਸ਼ੇਪ ਕਰ ਦੇਣੀ ਮੇਰੀ, ਇਹਦੇ ਉੱਤੇ ਵੀ ਕੁਛ ਲਾ ਯਾਰ। ਉੱਤੇ ਮੈਂ ਕੀ ਲੈਸ ਲਾ ਦਵਾਂ, ਕੀ ਲਾ ਦਵਾਂ ਉੱਤੇ? ਸਾਬਣ ਜਿਹਾ ਜਿਹੜਾ ਹੁੰਦਾ ਤੁਹਾਡੇ ਕੋਲ ਸ਼ਹਿਰਾਂ 'ਚ ਬੜੀਆਂ, ਉਹ ਕਰੀਮਾਂ ਕਰੂਮਾਂ ਪਈਆਂ ਆਪਣੇ ਕੋਲ। ਅੱਛਾ ਕਿੱਥੋਂ ਸ਼ੇਵ ਕਰਾਉਣਾ, ਐਡੀ ਸਖਤ ਹੋਈ ਹੈ ਸੇਵਾ ਵੇਖ। ਓਏ ਆਪ ਹੀ ਕਰੀਦੀ, ਆਪ ਹੀ ਕਰੀਦੀ ਭਰਾਈ ਆ ਉਹ। ਆ ਦੇਖ ਉਹ ਭਾਈ ਵੀੜ ਹੀ ਨਾ ਲਾ ਦੇਈ ਮੇਰਾ ਹੌਲੀ ਬਈ, ਤੂੰ ਤਾਂ ਮਤਲਬ ਐਂ ਦੋਂਦਾ ਬੱਕਰਾ ਵੇਖਣ ਦੇ ਆ ਵੀ, ਹੱਥ 'ਤੇ ਬੋਲਾ ਰੱਖ ਤੂੰ। ਐ ਮੈਂ ਵੀ ਦੇਖੋ ਤਾਂ ਹੀ ਆਇਆ, ਮੈਂ ਕਿਹਾ ਬੰਦਾ ਇਹ ਕੋਈ ਜਾਣਦਾ ਜੂਣਦਾ ਹੀ ਆ ਜੇ ਇਹਦੀ ਗਲੀ 'ਚ ਹੀ ਹਮਾਮ ਆ। ਅਤੇ ਕਹਿੰਦੇ ਬਾਹਲੇ ਦਾ ਮੁੰਡਾ ਵੀ ਚੱਲਾ ਬਾਹਰ, ਅਜੇ ਤਾਂ ਵਿਆਹ ਆਇਆ ਵਾ। ਹਾਂ ਜੀ ਵਿਆਹ ਕਰ ਗਏ ਨੇ, ਬਾਹਰ ਹੀ ਜਾਣਾ, ਇੱਥੇ ਕੰਮ ਕੁੰਮ ਤਾਂ ਕਰਦੇ ਕੋਈ ਨਹੀਂ, ਚਿੰਗਚੀ ਰਕਸ਼ਾ ਚਲਾਉਂਦਾ ਹਰ ਮਾਂ ਕਿਸ਼ਤ ਚੜੀ ਹੁੰਦੀ ਆ। ਉਹ ਚਲੋ ਚਲਾਉਂਦਾ ਤਾਂ ਹੈ ਨਾ, ਜਵਾਈ ਤਾਂ ਉਹਦੇ ਬਲਾਜੀ ਹੈ। ਉਹ ਜਵਾਈ ਹੁਣ ਮਤਲਬ ਛੱਡ ਦੇ, ਪਰ ਘਰਾਂ ਦੇ ਰੌਲੇ ਇੱਦਾਂ ਹੀ ਹੁੰਦੇ ਆ, ਕੀ ਪਤਾ ਕਿਸੇ ਨੂੰ, ਤੈਨੂੰ ਕਿਹੜਾ ਪਤਾ ਨਹੀਂ ਚਾਚਾ ਸੱਤ ਜਾਸ ਲਾ ਕੇ ਝੂਠ ਦੱਸਦਾ। ਲੇਕਿਨ ਭਾ ਤੇਰੇ ਵੱਲੋਂ ਸੁਖੀ ਆ, ਸ਼ੁਕਰ ਆ ਸ਼ੁਕਰ ਆ, ਮੈਂ ਵੱਡਾ ਜੋ ਹੋਇਆ ਭਾਈ। ਆਹੋ ਨਹੀਂ ਤੇਰੀਆਂ ਸਿਫਤਾਂ ਕਰਦਾ, ਘਰ ਘਰਸਤੀ ਸਾਹਮਣੀ ਹੁੰਦੀ ਆ। ਆਹੋ ਹੁਣ ਅੱਗੇ ਨੂੰ ਕੱਢ ਦੇਣਾ, ਮੇਰਾ ਮੂੰਹ ਖਿੱਚੀ ਹੀ ਜਾਂਦਾ ਇਹਨੂੰ। ਉਹ ਭਰਾਵਾ ਸ਼ੇਪ ਤੇਰੀ ਪੋਲੀ ਕਰਨ, ਲੱਕੜ ਟੈਪ ਹੋਇਆ ਕੰਮ ਤੇਰਾ। ਉਹ ਚੂਪਣੀ ਆ ਤੂੰ ਵੀ, ਕਿਹੜੀ ਗੱਲ ਪੋਲੀ ਕਰਨੀ ਆ? ਮੇਰਾ ਮਤਲਬ ਨਰਮ ਕਰ ਲਵਾਂ ਭੋਰਾ। ਅੱਛਾ ਅੱਛਾ ਦੇਖ ਨਾ, ਪੱਥਰ ਟੈਪ ਹੋਇਆ ਕੰਮ ਸਾਰਾ ਹੀ। ਆ ਜੀ ਜਦੋਂ ਦੋ ਨੰਬਰ ਬਲੇਡ ਲਾਉਣੇ ਨਾਈਆਂ ਨੇ ਤਾਂ ਫਿਰ ਇੱਦਾਂ ਹੀ ਹੋਣੀ ਆ ਜੀ। ਆਹੋ ਭਾਈ ਤੂੰ ਗਾਹਕ ਵੀ ਦੋ ਨੰਬਰ ਲਾਉਣ ਡਿਆ ਤੇ ਬਲੇਡ ਵੀ ਫਿਰ। ਦਾਦਾ ਜਿਹੜਾ ਨਾ ਚਾਚਾ ਬਾਲਾ, ਬਈ ਮਜ਼ੇ ਆ ਗਏ, ਉਹਨੇ ਸਭ ਤੋਂ ਪਹਿਲਾਂ ਸੱਦਿਆ ਭਰਾਵਾ ਮੈਨੂੰ। ਅੱਛਾ ਜੀ। ਉਹਨੇ ਕਿਹਾ ਵੱਡਾ ਜਵਾਈ ਆ ਕੇ ਕੋਈ 100 ਕੰਮ ਕਾਰ ਜੇ ਵੋ ਹੈ, ਦੇਖਭਾਲ ਕਰਨੀ ਚਾਹੀਦੀ ਆ। ਪਤਾ ਕੀ ਆ ਭਾਜੀ, ਹਾਂਜੀ ਉਹ ਬਾਲਾ ਵੀ ਚੰਗਾ, ਉਹਦੇ ਘਰ ਵਾਲੇ ਵੀ ਚੰਗੇ ਆ, ਉਹ ਸਾਰੇ ਚੰਗੇ ਜੀ। ਤੇ ਉਹ ਮੈਂ ਦੱਸਦਾ, ਮੈਂ ਬਾਲੇ ਨੇ ਦੱਸਿਆ ਉਹਨੂੰ ਕਿ ਯਾਰ ਜਿਹੜਾ ਮੇਰਾ ਜਵਾਈ ਹੈ ਨਾ, ਉਹਦੀ ਮਾਂ ਵੀ ਠੀਕ ਨਹੀਂ ਹੈਗੀ, ਉਹ ਕੁੜੀ ਨਾਲ ਲੜਦੀ ਰਹਿੰਦੀ ਹੈ। ਅੱਛਾ ਅੱਛਾ। ਹਾਂ ਕਹਿੰਦਾ ਕੁੜੀ ਨਾਲ ਲੜਦੀ ਰਹਿੰਦੀ ਹੈ, ਉਹਨੇ ਨੱਕ 'ਚ ਦਮ ਕੀਤਾ ਪਿਆ, ਅਤੇ ਉੱਤੋਂ ਜਿਹੜਾ ਮੁੰਡਾ ਵਾ ਜਵਾਈ ਉਹਦਾ, ਆਹੋ ਜਿਹਦੀ ਮੈਨੂੰ ਗੱਲ ਦੱਸਦਾ ਜੀ, ਕਹਿੰਦਾ ਉਹ ਵੀ 2 ਮਹੀਨੇ ਜੇਲ੍ਹ 'ਚ ਰਹਿ ਗਿਆ ਚੋਰੀ ਦੇ ਕੇਸ 'ਚ। ਮਹੱਲੇ 'ਚ ਉਹਨਾਂ ਕਹਿੰਦੇ ਮੂੰਹ ਕਾਲਾ ਕਰਕੇ ਖੋਤੇ ਬਿਠਾ ਕੇ ਉਹਦਾ ਗੇੜਾ ਕਢਾਇਆ। ਉਹ ਕਿਹੜੇ ਗੇੜੇ ਭਾਈ, ਇੱਕ ਅੱਧਾ ਗੇੜਾ ਹੋਣਾ ਕਿਤੇ, ਉਹ ਲਾ ਕੇ ਆਰਾਮ ਨਾਲ ਅਗਲਾ ਘਰ ਚਲਾ ਗਿਆ ਹੋਣਾ, ਇਹ ਕਿਤੇ ਵੱਧ ਕੇ ਬੜੀ ਗੱਲ ਕਰਦੇ ਲੋਕ। ਆਹ ਲੋਕਾਂ ਨੂੰ ਬਿਮਾਰੀ ਆ, ਗੱਲ ਵਧਾ ਕੇ ਬਹੁਤ ਦੱਸਦੇ ਆ, ਆਹ ਵਧਾ ਕੇ ਬਹੁਤ ਦੱਸਦੇ ਆ, ਗੇੜੇ ਤੇ ਖੋਤੇ ਤੇ ਇੰਜ ਭਜਾਇਆ ਤੇ ਇੱਕ ਗਿਆ ਹੀ ਨਹੀਂ, ਗਰਮੀ ਆ ਖੋਤੇ ਕੋਲੋਂ ਪਤਾ ਨਹੀਂ ਤੁਰਿਆ ਹੀ ਨਹੀਂ ਗਿਆ ਹੁਣ। ਆਹੋ ਵੀ ਅਸਲ 'ਚ ਨਾ ਤੈਨੂੰ ਪਤਾ ਭਾ ਕਿ ਲੋਕ ਨਾ ਉਹਨਾਂ ਨੂੰ ਆਦਤ ਬਹੁਤ ਆ ਗੱਲ ਵਧਾਉਣ ਦੀ। ਆਹ ਆਹੋ
ਉਹ ਨਾਲੇ ਚਾਚੇ ਬਾਹਰਲੇ ਨੂੰ ਵੀ ਐਵੇਂ ਚਾਹੀਦਾ ਨਹੀਂ ਐਵੇਂ ਗੱਲਾਂ ਕਰਨੀਆਂ ਜਵਾਈਆਂ ਦੀਆਂ ਬਾਹਰ ਉਹਨੂੰ ਨਹੀਂ ਚਾਹੀਦਾ ਘਰ ਦੀ ਗੱਲ ਆ ਕਿਹੜੀ ਗੱਲ ਕੁੱਤਿਆਂ ਬਿੱਲਿਆਂ ਨੂੰ ਦੱਸ ਕੇ ਫਿਰ ਅਗਲੇ ਭੌਂਕਦੇ ਹਰ ਬੰਦੇ ਅੱਗੇ ਇਹ ਕੀ ਕਹਿਣ ਡਿਆ ਆਹ ਭਾਈ ਕਿਹੜੀ ਲੋੜ ਆ ਘਰ ਦੀ ਗੱਲ ਨਹੀਂ ਨਹੀਂ ਚਾਚੇ ਬਾਹਰਲੇ ਨੂੰ ਚਾਹੀਦਾ ਵਾ ਵੀ ਏਦਾਂ ਦੀ ਗੱਲ ਨਹੀਂ ਕਰਨੀ ਪਰ ਹਾਲ ਪਤਾ ਕੀ ਆ ਸ਼ਰੀਫ ਆਦਮੀ ਸੀਗਾ ਤੇ ਆਇਆ ਬੀਜਾਂ ਦੇ ਹੱਥ ਆ ਗਿਆ ਮੈਂ ਤੈਨੂੰ ਪਤਾ ਹੀ ਆ ਫਿਰ ਪੂਰੀ ਠਾਰ ਰੱਖੀ ਦੀ ਆਪਾਂ ਮੈਨੂੰ ਵੀ ਭਾਈ 20-25 ਦਿਨ ਵਿਆਹ ਤੋਂ ਪਹਿਲਾਂ ਹੀ ਸੱਦ ਲਿਆ ਅਗਲਿਆਂ ਨੇ ਪਤਾ ਕੀ ਆ ਸਫੈਦੀਆਂ ਵੀ ਤੇ ਤੁਸੀਂ ਕੀਤੀਆਂ ਨਾ ਨਹੀਂ ਨਹੀਂ ਸਫੈਦੀ ਵਾਲੇ ਸੱਦੇ ਕਿ ਮੈਂ ਕਿਹੜਾ ਮਤਲਬ ਏਡਾ ਕਿਤੇ ਬਾਜੂ ਲੰਮਾ ਮੇਰਾ ਕਿ ਮੈਂ ਹੀ ਸਾਰੀਆਂ ਦੀਵਾਰਾਂ ਘੁਮਾਤੀਆਂ ਤੁਸੀਂ ਰੋ ਪਾਇਆ ਆਹ ਫਿਰ ਉਹ ਨਾ ਕਰਾਇਆ ਸਾਰਾ ਕੋਲ ਖਲੋ ਕੇ ਕੰਮ ਕਰਵਾਇਆ ਅੱਛਾ ਬਾਲੇ ਨੇ ਮੈਨੂੰ ਹੋਰ ਵੀ ਗੱਲ ਦੱਸੀ ਸੱਚ ਬਾਲੇ ਆਹੋ ਉਹ ਕਹਿੰਦਾ ਮੇਰਾ ਜਿਹੜਾ ਜਵਾਈ ਹੈ ਨਾ ਜਿਹਦਾ ਅੱਗੇ ਖੋਤੇ ਦਬਾ ਕੇ ਮੂੰਹ ਕਾਲਾ ਕੀਤਾ ਸੀ ਕਹਿੰਦਾ ਉਹ ਕਿਤੇ ਗੱਲਾਂ ਤੋੜਦਾ ਫੜਿਆ ਗਿਆ ਉਹਦੀ ਫਿਰ ਟਿੰਡ ਵੀ ਕੀਤੀ ਹੈ ਲੋਕਾਂ ਨੇ ਉਹ ਲੈ ਟਿੰਡ ਕਰਤੀ ਉਹ ਟੱਕ ਸ਼ੱਕ ਲਾਏ ਸੀ ਟਿੰਡ ਤੇ ਉਹਨੇ ਕਿਤੇ ਆਪ ਹੀ ਕਰਵਾ ਲਈ ਹੋਣੀ ਕਿਉਂਕਿ ਟੱਕ ਸ਼ੱਕ ਬਹੁਤ ਬੁਰੇ ਲੱਗਦੇ ਸੀ ਰਗੜ ਕੇ ਟਿੰਡ ਕਰਾਈ ਉਹਨੇ ਆਹ ਲੋਕਾਂ ਨੂੰ ਆਦਤ ਆ ਗੱਲ ਵਧਾ ਕੇ ਦੱਸਣ ਦੀ ਇਹਨਾਂ ਤੇ ਵਾਅਦਾ ਕਰਨਾ ਹੁੰਦਾ ਉਹ ਸਿਆਣੇ ਕਹਿੰਦੇ ਨਹੀਂ ਜਿੰਨੇ ਮੂੰਹ ਹੁੰਦੀਆਂ ਗੱਲਾਂ ਅਤੇ ਕੋਈ ਇੱਕ ਮੂੰਹ ਸਾਫ਼ ਨਹੀਂ ਹੋਇਆ ਉਦੋਂ ਦਾ ਇਹਨੂੰ ਰਗੜੀ ਜਾਂਦਾ ਨਹੀਂ ਪਤਾ ਕੀ ਅਸੀਂ ਕਰਦੇ ਹੁੰਦੇ ਸ਼ੇਵ ਪੋਲੀ ਅਗਲੇ ਨੂੰ ਵੈਸੇ ਤੇ ਤੂੰ ਮੇਰਾ ਦਿਮਾਗ ਪੋਲਾ ਕਰਤਾ ਵੀ ਇੰਨੀਆਂ ਗੱਲਾਂ ਮੇਰੇ ਸਹੁਰੇ ਦੀਆਂ ਮੈਨੂੰ ਲੱਗਦਾ ਮੇਰੀ ਸੱਸ ਛੱਡ ਕੇ ਉਹ ਤੇਰੇ ਹੀ ਦੁਆਲੇ ਰਹਿੰਦਾ ਵੀ ਤੇਰੇ ਕੋਲ ਹੀ ਬੈਠਾ ਰਹਿੰਦਾ ਆ ਕੇ ਨਹੀਂ ਤੇਰੀ ਸੱਸ ਵੀ ਭਲੀ ਮਾਨਸਾ ਉਹ ਵੀ ਆਉਂਦੀ ਹੁੰਦੀ ਕਦੀ ਕਦੀ ਹੈ ਉਹ ਬੱਚਿਆਂ ਨੂੰ ਵੇਖਣ ਉਹ ਕਿਉਂਕਿ ਇੱਥੇ ਬਹਿ ਜਾਂਦੇ ਨਾ ਮੇਰੇ ਕੋਲ ਫਿਰ ਉਹਨਾਂ ਨੂੰ ਲੈਣ ਆਉਂਦੀ ਆ ਵੀ ਆਓ ਘਰ ਚੱਲੀਏ ਉਹਦਾ ਚੰਗਾ ਇੱਧਰ ਕੀ ਲੈਣ ਆ ਵੀ ਆਹੋ ਆ ਤੇਰੀ ਸੱਸ ਹੀ ਨਹੀਂ ਨੰਬਰ 0342-3132-904 ਆਹੋ ਬਈ ਭਾਈ ਆ ਮੈਨੂੰ ਤੇ ਤੂੰ ਹੀ ਜਵਾਈ ਲੱਗਦਾ ਉਸ ਘਰ ਦਾ ਬਈ ਨਹੀਂ ਨਹੀਂ ਮੱਲੇਦਾਰੀ ਕੋਈ ਗੱਲ ਵੀ ਨਹੀਂ ਓਏ ਏਡੀ ਮੱਲੇਦਾਰੀ ਆ ਤੂੰ ਉਧਰੋਂ ਗੇੜਾ ਲਾ ਕੇ ਭਾਮ ਖੋਲ ਦਾਂਗੇ ਪਤਾ ਤੂੰ ਹਰ ਗੱਲ ਜਾਣਦਾ ਬਈ ਤੂੰ ਨਾਈ ਆ ਕਿ ਸ਼ਦਾਈ ਆ ਇੱਥੇ ਤੂੰ ਫਿਰਦਾ ਹੀ ਰਹਿਣਾ ਮੱਲੇ ਦੇ ਸਿਆਣੇ ਲੋਕ ਆ ਭਾਵ ਵਾਲਾ ਬੜਾ ਚੰਗਾ ਆਦਮੀ ਅੱਛਾ ਦੱਸੋ ਕਿ ਕਰੀਮ ਸ਼ੇਵ ਕਰਨੀ ਕਿ ਫੋਮ ਸ਼ੇਵ ਆ ਫੋਮ ਸ਼ੇਵ ਚ ਲੂਣ ਲਾਉਂਦੇ ਨਹੀਂ ਪਾਉਂਦੇ ਭਾਜੀ ਮੈਂ ਤੁਹਾਡੀ ਸ਼ੇਵ ਕਰਨੀ ਤੁਹਾਡੇ ਲਈ ਭੁੰਨ ਭਰਨੀਆਂ ਨਹੀਂ ਕਰਨਾ ਆ ਪਿੰਡਾਂ 'ਚ ਤੇ ਸਾਡੇ ਸਾਬਣ ਹੀ ਧੂ ਮਾਰਦੇ ਆ ਮੂੰਹ ਦੇ ਉੱਤੇ ਉਹ ਨਹੀਂ 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 ਪਿੰਡ ਦਾ ਖਾਤਾ ਹੋਰ ਆ ਅੱਛਾ ਹਾਂ ਇਹ ਸ਼ਹਿਰ ਵਾਲਾ ਨਿਜ਼ਾਮ ਤੂੰ ਬੇਫਿਕਰ ਹੋ ਜਾ ਉਹ ਟਿਸ਼ੂ ਲਿਆ ਪੁੱਤ ਹੋਏ ਕਿੱਥੇ ਆ ਮੁਆਜ਼ਮ ਕਿੱਥੇ ਆ ਫੜ ਆ ਕੀ ਕਰਨ ਲੱਗਾ ਮੈਨੂੰ ਤੂੰ ਉਹ ਨਹੀਂ ਨਹੀਂ ਓਏ ਆ ਤੇ ਇਦਾਂ ਦੇ 2 ਡੱਬੇ ਮੰਗਾ ਕੇ ਰਾਤੀ ਉਹ ਮੈਂ ਸਹੁਰਿਆਂ ਦੇ ਦਰਵਾਜ਼ੇ ਨੂੰ ਰੰਗ ਕੀਤਾ ਵਾ ਉਹ ਇੰਜਨ ਕਰਕੇ ਝਪੰਟਾ ਜਾ ਕੇ ਰੱਖੀ ਹੈ ਕਰਕੇ ਉਹ ਪਾਈ ਆ ਮੂੰਹ ਓਏ ਓਏ ਆ ਕੀ ਮਾਰਨ ਲੱਗਾ ਮੇਰੇ ਮੂੰਹ ਤੇ ਭਾਜੀ ਇਹ ਹੈਗਾ ਵਾ ਫੋਮ ਸ਼ੇਪ ਇਹਨੂੰ ਕਹਿੰਦੇ ਆ ਫੋਮ ਸ਼ੇਪ ਠੀਕ ਆ ਹਾਂਜੀ ਔਰ ਇਹਦੀ ਕੁਆਲਿਟੀ ਪਤਾ ਕੀ ਆ ਭਾਜੀ ਹਾਂਜੀ ਇਹ ਬਾਹਰੋਂ ਮੰਗਵਾਈ ਆ ਭਾਜੀ ਵਧੀਆ ਮਾਲ ਆ ਇਹ ਬੋਲੇ ਬੋਲੇ ਸਮਝਦੇ ਹੋ ਇੱਥੋਂ ਨਹੀਂ ਲੱਭਦੀ ਇੱਥੋਂ ਲੱਭਦੀ ਆ ਅੱਛਾ ਹਾਂ ਇੱਥੋਂ ਲੱਭਦੀ ਆ ਇਹ ਦੇਖੋ ਭਾਜੀ ਹਾਂਜੀ ਅੱਛਾ ਭਾ ਗੱਲ ਪਤਾ ਕੀ ਹੈ ਹਾਂ ਕੰਮ ਹੁੰਦੇ ਰਹਿਣਾ ਤੈਨੂੰ ਮੈਂ ਕੰਮ ਦੀ ਗੱਲ ਦੱਸਦੀ ਆ ਵਿਆਹ ਦੇ ਦਿਨ ਚੱਲਣ ਡਏ ਨਾ ਆਹੋ ਘੱਟ ਹੋਇਆ ਪਿਆ ਵਾ ਘੱਟ ਹੋਇਆ ਅੱਲਾ ਤੇਰਾ ਭਲਾ ਕਰੇ ਹਾਂ ਬਾਲੇ ਨੇ ਮੇਰੇ ਨਾਲ ਗੱਲ ਕੀਤੀ ਸੀ ਰਿਸ਼ਤੇ ਦੇ ਬਾਰੇ ਕਿਹੜਾ ਰਿਸ਼ਤਾ ਉਹ ਜਿਹੜਾ ਜਵਾਈ ਹੈ ਨਾ ਉਹਨਾਂ ਤੋਂ ਉਹ ਜਿਹੜਾ ਚੋਰੀਆਂ ਚਕਾਰੀਆਂ ਕਰਦਾ ਉਹਦੇ ਕੋਲ ਉਹਨੇ ਲੈ ਲੈਣੀ ਹੈ ਤਲਾਕ ਅਤੇ ਮੁੰਡਾ ਇੱਕ ਬਾਹਰੋਂ ਆਇਆ ਉਹਨਾਂ ਦਾ ਆਪਣਾ ਹੀ ਕੋਈ ਰਿਸ਼ਤੇਦਾਰ ਅਮਰੀਕਾ ਹੁੰਦਾ ਹੀ ਅਤੇ ਉਹਨਾਂ ਨੇ ਨਾ ਉੱਧਰੋਂ ਤਲਾਕ ਦੇ ਵਕਤ ਉਹਦੇ ਨਾਲ ਗੰਢ ਜੋੜ ਕਰ ਦੇਣੀ ਹੈ ਕਿ ਸਾਡਾ ਤਾਏ ਨਜ਼ੀਰ ਦਾ ਮੁੰਡਾ ਆਇਆ ਬਾਹਰੋਂ ਇਹ ਨਹੀਂ ਮੈਨੂੰ ਪਤਾ ਮੁੰਡਾ ਸੋਹਣਾ ਜਵਾਨ ਆ ਤੇ ਮੈਂ ਉਹਨੂੰ ਪੁੱਛਿਆ ਵੀ ਭਾ ਬਾਲਿਆ ਤੂੰ ਐਡਾ ਵੱਡਾ ਕਦਮ ਕੱਲ ਹੀ ਲੈਣ ਡਿਆ ਕਹਿੰਦਾ ਤੈਨੂੰ ਪਤਾ ਵਾ ਉਹ ਮੇਰੀ ਕੁੜਮਾਚਾਰੀ ਆ ਮੇਰੇ ਜਵਾਈ ਹੈ ਹੀ ਬਲਾਜਾ ਕਦੀ ਟਿੰਡ ਕਰਾ ਲੈਂਦਾ ਕਦੀ ਮੂੰਹ ਕਾਲਾ ਕਰਾ ਲੈਂਦਾ ਕਦੀ ਖੋਤੇ 'ਤੇ ਬਹਿ ਜਾਂਦਾ ਅਤੇ ਮੈਂ ਕਿਹਾ ਠੀਕ ਆ ਭਰਾਵਾ ਫਿਰ
ਜਿੱਦਾਂ ਤੈਨੂੰ ਅੱਛਾ ਲੱਗਦਾ ਕਰ, ਬਾਕੀ ਇਹ ਤੂੰ ਵੀ ਦੁਆ ਕਰੀ ਯਾਰ ਉਹ ਕੁੜੀ ਖੁਸ਼ ਰਹੇ, ਠੀਕ ਆ। ਅਤੇ ਉਹਦਾ ਬੰਦਾ ਬਲਾਜੀ ਆ ਵੈਸੇ, ਖੁਸ਼ ਕੀ ਰਹਿਣਾ ਜਿਹੜੀ ਪਹਿਲੀ ਜਗ੍ਹਾ 'ਤੇ ਖੁਸ਼ ਨਹੀਂ ਰਹੀ, ਉਹਨੇ ਦੂਜੀ ਜਗ੍ਹਾ 'ਤੇ ਵੀ ਕਿੱਥੇ ਖੁਸ਼ ਰਹਿਣਾ? ਨਹੀਂ ਨਹੀਂ, ਇਹ ਨਾ ਏਡਾ ਵੱਡਾ ਕਦਮ ਚੱਕਿਆ, ਬਾਲੇ ਨੂੰ ਰੋਕੋ ਤੁਸੀਂ, ਮੈਂ ਵੀ ਸਮਝਾਊ ਇਹਨੂੰ। ਮੈਂ ਕਿੱਦਾਂ ਰੋਕਾਂ ਭਰਾਵਾ, ਮੈਂ ਉਹਨੂੰ ਕਿੱਦਾਂ ਰੋਕਾਂ ਹੁਣ? ਧੀ ਉਹਦੀ ਆ, ਜਾਂ ਤਾਂ ਤੇਰੀ ਹੋਵੇ ਤਾਂ ਮੈਂ ਕਹਿ ਵੀ ਦੇਵਾਂ ਮੇਰੀ, ਮੇਰਾ ਮਤਲਬ ਤੇਰੀ, ਉਹਨੂੰ ਤਾਂ ਰੋਕ, ਤੇਰੀ ਮਹੱਲੇਦਾਰੀ ਆ, ਉਹਨੂੰ ਕਿਹਾ ਵੀ ਕਿਉਂ ਇੱਦਾਂ ਦਾ ਕੰਮ ਕਰਦਾ, ਮੁੜ ਕੇ ਜਵਾਈ ਲੱਭਣੇ ਆ, ਨਾਲੇ ਧੀ ਦਵਾਜਣ ਦਵਾਜਣ ਖਵਾਊਗੀ, ਵੀ ਕਿਹੜੀ ਲੋੜ ਆ ਤਲਾਕ ਲੈਣ ਦੀ, ਘਰ ਦਾ ਮਾਮਲਾ ਕਿਤੇ ਜਵਾਈ ਆ ਉਹਨਾਂ ਦਾ, ਕਿਤੇ ਬਈ ਐਵੇਂ ਲੱਭ ਜਾਂਦੇ ਜਵਾਈ ਕਿਤੇ, ਜਵਾਈ ਵੀ ਤਾਂ ਗਲਤ ਕਰਨ ਡਏ ਆ ਨਾ। ਅੱਛਾ ਗੱਲ ਸੁਣ, ਉਹ ਜਵਾਈ ਦਾ ਨਾਂ ਕੀ ਲੈਂਦਾ ਵਾ? ਉਹ ਤਾਂ ਉਹ ਮੈਂ ਤੈਨੂੰ ਦੱਸਦਾ, ਤੇ ਤੋਂ ਖੁਸ਼ ਆ, ਹਾਂ ਉਹ ਉਹਦਾ ਨਾਂ ਕੋਈ ਰਫੀਕ ਆ, ਜੇ ਤੋਂ ਆਵਾ ਯਾਰ ਆ। ਕੀ ਨਾਮ ਆ? ਰਫੀਕ। ਉਹ ਬੜ ਗਿਆ ਬਈ, ਉਹ ਰਫੀਕ ਤੇ ਮੇਰਾ ਨਾਂ ਭਾਈ, ਤੇਰਾ ਨਾਂ ਰਫੀਕ? ਉਹ ਉਦੋਂ ਦੀ ਤੂੰ ਮੇਰੀ ਇੱਥੇ ਮਿੱਟੀ ਜਲੀਲ ਕਰਨ ਦਿਆ, ਉਹ ਤੂੰ ਗੱਲਾਂ ਹੀ ਕਰੀ ਜਾਣ ਦਿਆ, ਉਹ ਤੂੰ ਮੂੰਹ ਮੇਰਾ ਕਾਲਾ ਕਹਿਣ ਦਿਆ, ਮੈਨੂੰ ਮੇਰੀ ਬੁੱਢੀ ਮੇਰੇ ਕੋਲ ਛਡਾਉਂਦੇ ਆ, ਐਡੀ ਲੈਣੀ ਤਲਾਕ ਇਹਨਾਂ ਨੇ, ਤੇ ਸ਼ੇਵ ਨਹੀਂ ਕਰਾਉਣੀ।